बहुत ही विश्व प्रसिद्ध आयुर्वेद ने हरीश वर्मा साहब साढ़े नाल जुड़ते हैं हर मंडे लैके इस तरह की वधिया जानकारी मेरे नाल लाइन दे उत्ते ने। वर्मा साहब स्वागत करते हैं। हरजिंदर जी थैंक यू वेरी मच और रेडियो प्रवासी दे सारे लिसनर्स नो प्यार भरी सत श्री अकाल नमस्कार आदाब गुड आफ्टरनून जी। और असी पहला ही मेरे ख्याल गल कर चुके हैं कि जिहड़ा साडा ए पील रीजन है असी अक्सर गल करते रहने इहदे बारे कि इत्थे साउथ एशियन असी लोग जिहड़े आ मोस्टली रहने आ ते साडियां जिहड़ियां इनहेरिटेंस जिहड़ियां बीमारियां ने जेनेटिकली जिहड़ियां बीमारियां असी नाल लै के आने आ सर साडा खान पीन साडा कई कारण है तो दियो जानकारी इहदे बारे। देखो जिहड़ी डायबिटीज मेलाइटिस है अज ब्रीफ च मैं थोड़ी जिही इहदे पहले दसवां भी असी मेडिकली इहनूं दो तरह दी गिणदे आ डायबिटीज नूं डायबिटीज मेलाइटिस टाइप 1 और डायबिटीज मेलाइटिस टाइप 2 जी। जिहड़ी डायबिटीज मेलाइटिस टाइप 1 हुंदी है इह इंसुलिन डिपेंडेंट डायबिटीज मेलाइटिस हुंदी है यानी भाव इहनां दे पेशेंट्स दे बॉडी दे विच इंसुलिन बनदी ही नहीं जे बनदी है तो बहुत घट बनदी है जी। और इह आम तौर ते ऑटो इम्यून डिजीज हुंदी है बच्चियां च बड़ी कॉमन हुंदी है। आपां देखदे हां समाज दे विच बहुत सारे बच्चे आपां सुणदे जी उहनूं शुगर है डायबिटीज दी बीमारी है ते टीके लग रहे ने ਉਹ ਟੀਕੇ ਤਾਂ ਹੀ ਲੱਗਦੇ ਨੇ ਕਿਉਂਕਿ ਉਹਨਾਂ ਦੀ ਇਨਸੁਲਿਨ ਬਣਦੀ ਹੀ ਨਹੀਂ ਹੈ। ਦੂਜੀ ਜਿਹੜੀ ਟਾਈਪ ਹੁੰਦੀ ਹੈ ਉਹ ਹੈ ਡਾਇਬੀਟਿਸ ਮਲਾਈਟਿਸ ਟਾਈਪ 2 ਜਿਹੜੀ ਕਿ ਆਮ ਤੌਰ ਤੇ 40-45 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦੀ ਹੈ ਔਰ ਖਾਸ ਕਰਕੇ ਜੇ ਕਿਸੇ ਨੂੰ ਫੈਮਿਲੀ ਦੇ ਵਿੱਚ ਆਲਰੇਡੀ ਚੱਲ ਰਹੀ ਹੈ ਤਾਂ ਉੱਥੇ ਰਿਸਕ ਜ਼ਿਆਦਾ ਹੁੰਦਾ ਹੈ ਜਾਂ ਜਿਹਨਾਂ ਲੋਕਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਜਾਂ ਜਿਹਨਾਂ ਦੇ ਸੈਡੈਂਟਰੀ ਲਾਈਫ ਸਟਾਈਲ ਨੇ ਯਾਨੀ ਜ਼ਿਆਦਾ ਕੋਈ ਐਕਸਰਸਾਈਜ਼ ਨਹੀਂ ਕਰਦੇ ਉਹਨਾਂ 'ਚ ਦਾ ਰਿਸਕ ਜ਼ਿਆਦਾ ਹੋ ਜਾਂਦਾ ਜਾਂ ਫਿਰ ਥੋੜ੍ਹਾ ਜੈਨੇਟਿਕ ਵੀ ਹੈ ਕਿ ਜਿਹੜੇ ਸਾਊਥ ਏਸ਼ੀਅਨ ਲੋਕ ਨੇ ਉਹਨਾਂ 'ਚ ਬਿਮਾਰੀ ਜ਼ਿਆਦਾ ਹੁੰਦੀ ਹੈ। ਸੋ ਡਾਇਬਿਟੀਜ਼ ਜਿਹੜੀ ਬਿਮਾਰੀ ਹੈ ਸ਼ੂਗਰ ਦੀ ਬਿਮਾਰੀ ਕਈ ਵਾਰ ਤਾਂ ਭਾਈ ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨੂੰ ਸ਼ੂਗਰ ਦੀ ਬਿਮਾਰੀ ਹੈ ਉਹਨਾਂ 'ਚ ਕੋਈ ਜ਼ਿਆਦਾ ਲੱਛਣ ਹੁੰਦੇ ਨਹੀਂ। ਆਮ ਤੌਰ 'ਤੇ ਜਿਹੜੇ ਲੱਛਣ ਹੁੰਦੇ ਨੇ ਇਹ 3 ਬੜੇ ਕਾਮਨ ਲੱਛਣ ਹੁੰਦੇ ਨੇ ਪੋਲੀ ਯੂਰੀਆ ਪੋਲੀ ਡਿਪਸੀਆ ਪੋਲੀ ਫੇਜੀਆ ਮਤਲਬ ਯੂਰਿਨ ਰਾਤ ਨੂੰ ਵਾਰ ਵਾਰ ਆਉਣਾ ਪਿਆਸ ਜ਼ਿਆਦਾ ਲੱਗਣੀ ਭੁੱਖ ਜ਼ਿਆਦਾ ਲੱਗਣੀ ਭੁੱਖ ਜ਼ਿਆਦਾ ਲੱਗਣ ਦੇ ਬਾਵਜੂਦ ਪੇਸ਼ੈਂਟ ਨੂੰ ਥਕਾਵਟ ਬਹੁਤ ਹੁੰਦੀ ਹੈ ਔਰ ਪੇਸ਼ੈਂਟ ਦੇ ਜੇ ਕੋਈ ਸਕਿਨ ਦੇ ਉੱਪਰ ਕੋਈ ਜ਼ਖਮ ਹੋ ਜਾਵੇ ਜਲਦੀ ਭਰਦਾ ਨਹੀਂ ਸਕਿਨ ਦੀ ਖਾਰਿਸ਼ ਸ਼ੁਰੂ ਹੋ ਜਾਂਦੀ ਹੈ ਔਰ ਕਾਫੀ ਸਾਰੇ ਲੋਕਾਂ 'ਚ ਇਹ ਵੀ ਹੁੰਦਾ ਵੀ ਅੱਖਾਂ ਤੋਂ ਝੋਲਾ ਝੋਲਾ ਦਿਖਦਾ ਉਹਨਾਂ ਨੂੰ ਜੇ ਸ਼ੂਗਰ ਲੈਵਲ ਵੱਧ ਜਾਂਦਾ। ਸੋ ਜਦੋਂ ਪੇਸ਼ੈਂਟ ਕਈ ਵਾਰ ਡਾਕਟਰ ਉਹਨਾਂ ਦਾ ਕਿਸੇ ਹੋਰ ਕਾਰਨ ਕਰਕੇ ਬਲੱਡ ਟੈਸਟ ਕਰਾਉਂਦੇ ਨੇ ਪਤਾ ਲੱਗਦਾ ਵੀ ਉਹਨਾਂ ਦਾ ਬਲੱਡ ਸ਼ੂਗਰ ਜ਼ਿਆਦਾ ਹੈ ਤਾਂ ਫਿਰ ਉਹ ਕਹਿ ਦਿੰਦੇ ਤੁਹਾਨੂੰ ਤਾਂ ਡਾਇਬਿਟੀਜ਼ ਦੀ ਬਿਮਾਰੀ ਵੀ ਹੈ। ਸੋ ਇਹਦਾ ਪਤਾ ਬਲੱਡ ਸ਼ੂਗਰ ਦੇ ਟੈਸਟ ਤੋਂ ਲੱਗਦਾ। ਇਹਦੇ ਬਲੱਡ ਦੇ ਦੋ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਨੇ ਇੱਕ ਤਾਂ ਖਾਲੀ ਪੇਟ ਜਿਹਨੂੰ ਅਸੀਂ ਫਾਸਟਿੰਗ ਬਲੱਡ ਸ਼ੂਗਰ ਕਹਿੰਦੇ ਹਾਂ ਦੂਜੀ ਪੋਸਟ ਪ੍ਰੈਂਡੀਅਲ ਉਹ ਜਿਹੜੀ ਖਾਣਾ ਖਾਣ ਤੋਂ 2 ਘੰਟੇ ਬਾਅਦ ਚੈੱਕ ਕੀਤੀ ਜਾਂਦੀ ਹੈ। ਸੋ ਹੁਣ ਅੱਜ ਕੱਲ੍ਹ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟਸ ਕਾਫੀ ਆਉਣ ਲੱਗ ਗਏ ਨੇ ਜਿਹੜੇ ਕਹਿੰਦੇ ਨੇ ਜੀ ਮੈਨੂੰ ਸ਼ੂਗਰ ਦੀ ਬਿਮਾਰੀ ਕਾਫੀ ਸਾਲਾਂ ਤੋਂ ਹੈ ਲੇਕਿਨ ਪਹਿਲਾਂ ਡਾਕਟਰ ਨੇ ਮੈਨੂੰ ਇੱਕ ਦਵਾਈ ਦਿੱਤੀ ਸੀ ਇੱਕ ਗੋਲੀ ਚੱਲ ਰਹੀ ਸੀ ਫਿਰ ਉਹਨਾਂ ਨੇ 2 ਤਰ੍ਹਾਂ ਦੀਆਂ ਗੋਲੀਆਂ ਸ਼ੁਰੂ ਕਰਤੀਆਂ ਹੁਣ ਉਹਨਾਂ ਨੇ 3 ਤਰ੍ਹਾਂ ਦੀਆਂ ਗੋਲੀਆਂ ਸ਼ੁਰੂ ਕਰਤੀਆਂ ਲੇਕਿਨ ਦਵਾਈ ਖਾਣ ਦੇ ਬਾਵਜੂਦ ਵੀ ਮੇਰੀ ਬਲੱਡ ਸ਼ੂਗਰ ਜਿਹੜੀ ਫਾਸਟਿੰਗ ਹੈ ਉਹ 10-12-15 ਤੱਕ ਰਹਿੰਦੀ ਹੈ ਭਾਵ ਉਹ ਕੰਟਰੋਲ 'ਚ ਨਹੀਂ ਆ ਰਹੀ। ਸੋ ਅਸੀਂ ਆਪਣੇ ਕਲੀਨਿਕ ਦੇ ਵਿੱਚ 2 ਤਰ੍ਹਾਂ ਦੇ ਕੈਪਸੂਲ ਅਸੀਂ ਪੇਸ਼ੈਂਟਸ ਨੂੰ ਦਿੰਦੇ ਹਾਂ ਜਿਹਦੇ 'ਚ ਅਸੀਂ ਦੇਖਿਆ ਵੀ ਉਹਨਾਂ ਦੀ ਜੇ ਸ਼ੂਗਰ ਨਹੀਂ ਕੰਟਰੋਲ 'ਚ ਆ ਰਹੀ ਤਾਂ ਜਿਵੇਂ ਅਸੀਂ ਆਪਣੀ ਦਵਾਈ ਸ਼ੁਰੂ ਕਰਦੇ ਹਾਂ ਤਾਂ 1-1.5 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਸ਼ੂਗਰ ਦਾ ਲੈਵਲ 6 ਦਾ ਕਾਰਨ ਸ਼ੁਰੂ ਹੋ ਜਾਂਦਾ ਫਾਸਟਿੰਗ ਲੈਵਲ। ਠੀਕ ਹੈ। ਸੋ ਜਿਹਨਾਂ ਨੂੰ ਇਹ ਸ਼ੂਗਰ ਦੀ ਬਿਮਾਰੀ ਹੈ ਔਰ ਨਹੀਂ ਕੰਟਰੋਲ 'ਚ ਆ ਰਹੀ ਉਹ ਮੈਨੂੰ ਕੰਟੈਕਟ ਕਰ ਸਕਦੇ ਨੇ ਔਰ ਜੇ ਕਿਸੇ ਨੂੰ ਸ਼ੂਗਰ ਕਰਕੇ ਕੋਈ ਕੰਪਲੀਕੇਸ਼ਨ ਹੋ ਰਹੀ ਹੈ ਇਸ ਕਿ ਜਿਵੇਂ ਕੋਈ ਅੱਖਾਂ 'ਤੇ ਅਸਰ ਆ ਰਿਹਾ ਜਾਂ ਨਰਵ ਦੇ ਉੱਪਰ ਅਸਰ ਆ ਰਿਹਾ ਜਾਂ ਲਿਵਰ 'ਤੇ ਹੈ ਜਾਂ ਹਾਰਟ 'ਤੇ ਹੈ ਜਾਂ ਉਹਨਾਂ ਦੀ ਸਕਿਨ 'ਤੇ ਹੈ ਇਹਦੀ ਪੂਰੀ ਜਾਣਕਾਰੀ ਅਸੀਂ ਅਗਲੇ ਹਫ਼ਤੇ ਫਿਰ ਦੇਵਾਂਗੇ ਕਿ ਡਾਇਬਿਟੀਜ਼ ਮਲਾਈਟਿਸ ਸਾਡੀ ਬੋਡੀ ਦੇ ਉੱਪਰ ਕਿਸ ਤਰ੍ਹਾਂ ਦੀਆਂ ਕੰਪਲੀਕੇਸ਼ਨ ਪੈਦਾ ਕਰ ਸਕਦੀ ਹੈ। ਸੋ ਇਹਦੇ ਬਾਰੇ ਨੈਕਸਟ ਵੀਕ ਆਪਾਂ ਇਹ ਟੌਕ ਨੂੰ ਫਿਰ ਹੋਰ ਅੱਗੇ ਵਧਾਵਾਂਗੇ ਜੀ। ਠੀਕ ਹੈ ਜੀ। ਔਰ 416-804-1500 ਇਹਨਾਂ ਦਾ ਡਾਇਰੈਕਟ ਨੰਬਰ ਹੈ 6472761111 ਇਹਨਾਂ ਦੇ ਕਲੀਨਿਕ ਦਾ ਨੰਬਰ ਹੈ ਔਰ ਇਹ ਬੋਵੇਡ ਅਤੇ ਟਰਾਟਨ ਦੇ ਇਲਾਕੇ ਦੇ ਵਿੱਚ ਜਿਹੜਾ ਪਲਾਜ਼ਾ ਹੈ ਜਿੱਥੇ ਰਾਜਧਾਨੀ ਸਵੀਟਸ ਵੀ ਹੈ
ਉੱਥੇ ਮਲਟੀ ਸਟੋਰੀ ਬਿਲਡਿੰਗ ਤੁਸੀਂ ਦੇਖਦੇ ਹੋ, ਉੱਥੇ ਇਹਨਾਂ ਦਾ ਕਲੀਨਿਕ ਵੀ ਹੈ। ਤਾਂ ਕਲੀਨਿਕ 'ਤੇ ਜਾ ਕੇ ਮਿਲਣਾ ਚਾਹੋ, ਵਾਕ ਇਨ ਵੀ ਕਰਦੇ ਆ ਸੈਟਰਡੇ ਨੂੰ, ਪਰ ਤੁਸੀਂ ਅਦਰਵਾਈਜ਼ ਜੇ ਮਿਲਣਾ ਹੋਵੇ ਇਹਨਾਂ ਨਾਲ ਅਪੁਆਇੰਟਮੈਂਟ ਬੁੱਕ ਕਰਾ ਕੇ ਜਾਓ 6472761111। ਔਰ ਜੇ ਤੁਹਾਨੂੰ ਸਿੱਧਾ ਕੋਈ ਇਹਨਾਂ ਨੂੰ ਡਾਇਰੈਕਟ ਸਵਾਲ ਪੁੱਛਣਾ ਹੋਵੇ, ਜਾਣਕਾਰੀ ਲੈਣੀ ਹੋਵੇ, 416-804-1500 ਇਹਨਾਂ ਦਾ ਫੋਨ ਨੰਬਰ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਔਰ ਅਗਲੇ ਫਿਰ ਮੰਡੇ ਕਰਾਂਗੇ ਗੱਲ। ਥੈਂਕ ਯੂ ਸਰ, ਥੈਂਕ ਯੂ ਸੋ ਮਚ।